ਜੀ ਮਿੰਟੂ ਜੀ, ਇੱਕ ਖਾਸ ਖਬਰ ਹੈ ਆਪਾਂ ਕਰ ਲਈਏ। ਤੇ ਕੱਲ ਆਪਾਂ ਖਬਰ ਕੀਤੀ ਸੀ ਕਿ ਨਸ਼ਾ ਤਸਕਰਾਂ ਨੂੰ ਹੁਣ ਜਿਹੜੀ ਆ ਉਹ ਸਿੱਧਾ ਡਿਬਰੂਗੜ੍ਹ ਭੇਜਿਆ ਜਾਣਾ, ਨੇੜੇ ਨਹੀਂ ਭੇਜਿਆ ਜਾਣਾ। ਪਰ ਅੱਜ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਲੁਧਿਆਣੇ ਦੇ ਵਿੱਚ ਗਏ, ਉਹਨਾਂ ਨੇ ਉੱਥੇ ਗੱਲਬਾਤ ਕੱਲ ਕੀਤੀ। ਗਏ ਸਰ ਜੀ, ਕੱਲ ਗਏ ਸੀਗੇ ਉਹਨਾਂ ਨੇ ਗੱਲ ਕੀਤੀ ਕਿ ਕੱਲ ਗਏ ਸੀਗੇ ਜੀ, ਆਪਾਂ ਕੱਲ ਗੱਲ ਵੀ ਕਰ ਰਹੇ ਸੀ ਥੋੜੀ ਜਿਹੀ ਉਸ ਟਾਈਮ, ਕਿਉਂਕਿ ਅਪਡੇਟ ਨਹੀਂ ਸੀਗੇ ਜੀ ਇਸ ਮਾਮਲੇ 'ਚ ਕਿ ਕੀ ਬੋਲਿਆ ਕੀ ਕੀਤੇ। ਹਾਂਜੀ ਹਾਂਜੀ, ਕਰੋ ਗੱਲ। ਪਰ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਭੈ ਜਾਂ ਥੋੜਾ ਖਰਸ਼ਾ ਇਸ ਚੀਜ਼ ਦਾ ਜਤਾ ਰਹੇ ਆ ਵੀ ਉੱਥੇ ਜੇ ਤਸਕਰ ਜਾਣਗੇ, ਨਸ਼ਾ ਤਸਕਰ ਜਾਣਗੇ, ਤਾਂ ਕਿਤੇ ਨਾ ਕਿਤੇ ਉਹਦਾ ਅੰਮ੍ਰਿਤਪਾਲ ਸਿੰਘ ਨੂੰ ਕੋਈ ਨੁਕਸਾਨ ਨਾ ਹੋਵੇ। ਦੇਖੋ, ਇੱਕ ਪਿਤਾ ਦੇ ਖਦਸ਼ੇ ਹੋ ਸਕਦੇ ਆ ਜੀ, ਜੀ ਇੱਕ ਪਿਤਾ ਦੇ ਖਦਸ਼ੇ ਹੋ ਸਕਦੇ ਆ, ਪਰ ਜੇ ਇਸ ਨੂੰ ਥੋੜ੍ਹਾ ਜਿਹਾ ਵਿਚਾਰਿਆ ਜਾਵੇ ਕਿ 6.5 ਫੁੱਟ ਦਾ ਜਵਾਨ ਸਟੇਟ ਦੇ ਨਾਲ ਮੱਥਾ ਲਾਉਣ ਵਾਲਾ ਜੀ, ਉਹਨੂੰ ਇੱਕ ਮਤਲਬ ਕਿ ਇੱਕ ਤਸਕਰ ਤੋਂ ਕਾਹਦਾ ਡਰ, ਜਿਹੜਾ 50-55 ਸਾਲ ਦਾ ਹੋਇਆ ਪਿਆ ਐਂ ਖਲੋਤਾ ਹੈ, ਕੀ ਕਰ ਦੂਗਾ, ਕਰਕੇ ਉਹਨੇ ਕਿੱਥੇ ਜਾਣਾ ਜੀ। ਇਹ ਵੀ ਗੱਲ ਹੈ ਬਿਲਕੁਲ। ਇਸ ਪਾਸਿਓਂ ਵੀ ਸੋਚੋ ਨਾ ਵੀ ਤੁਸੀਂ ਤਾਂ ਸਗੋਂ ਕਮਜ਼ੋਰ ਨਾ ਨਾ ਸ਼ੋਅ ਕਰੋ। ਗੱਲ ਇਹ ਆ ਕਿ ਹੁਣ ਇਹ ਠੀਕ ਆ, ਉਹਨਾਂ ਦਾ ਖਦਸ਼ਾ ਹੋ ਸਕਦਾ ਜੀ, ਤੇ ਆਪਾਂ ਵੀ ਕਹਿ ਸਕਦੇ ਕਿ ਇਹਨਾਂ ਨੂੰ ਤੇ ਸਗੋਂ ਤਮਿਲਨਾਡੂ ਸੁੱਟੋ, ਜੇ ਉਹ ਡਿਬਰੂਗੜ੍ਹ ਇਹਨਾਂ ਨੂੰ ਤਮਿਲਨਾਡੂ ਸੁੱਟੋ, ਦੂਜੇ ਪਾਸੇ ਸੁੱਟੋ ਤਸਕਰਾਂ ਨੂੰ। ਪਰ ਇਹ ਆ ਕਿ ਹੁਣ ਅੰਮ੍ਰਿਤਪਾਲ ਸਿੰਘ ਆਮ ਕੈਦੀ ਨਹੀਂ ਹੈਗਾ, ਅੰਮ੍ਰਿਤਪਾਲ ਸਿੰਘ MP ਹੈਗੇ ਆ। ਬਿਲਕੁਲ, ਸਿਕਿਉਰਿਟੀ ਜਿਹੜੀ ਆ ਉਹਦਾ ਪ੍ਰਬੰਧ ਉਹ ਆਪੇ ਕਰਨਗੇ, ਤੇ ਨਾਲੇ 8-10 ਜਣੇ ਆ, ਇਕੱਲੇ ਥੋੜੀ ਆ ਜੀ। ਜੇ ਕੋਈ ਐਸੀ ਵੈਸੀ ਗੱਲ ਹੋਈ ਤੇ ਕੁੱਟ ਕੁੱਟ ਕੇ ਬਣਾ ਦੇਣਗੇ ਉੱਥੇ ਗਿੱਦੜ, ਸਮਝਦੇ ਹੋ ਨਾ, ਜਿਹੜੇ ਪੁਰਾਣੇ ਬੈਠੇ ਆ। ਇਹ ਇਹ ਜਿਹੜਾ ਤਸਕਰ ਗਿਆ ਇਹਨੂੰ ਤਾਂ ਡਿਬਰੂਗੜ੍ਹ 6-7 ਦਿਨ ਤੇ ਪਤਾ ਹੀ ਨਹੀਂ ਲੱਗਣਾ ਕਿ ਮੈਂ ਆ ਕਿੱਥੇ ਗਿਆ ਜੀ, ਤੇ ਜਿਹਨਾਂ ਨੂੰ 1-1.5 ਸਾਲ ਹੋ ਗਿਆ ਉਹ ਤੇ ਗੜਦੁੰਬਾ ਬਣਾ ਦੇਣਗੇ, ਕੋਈ ਐਸੀ ਵੈਸੀ ਗੱਲ ਹੋਈ ਤੇ। ਬਾਕੀ ਸਿਕਿਉਰਿਟੀ ਦਾ ਪ੍ਰਬੰਧ ਜਿਹੜਾ, ਕਿਉਂਕਿ ਸੈਂਟਰ ਸਰਕਾਰ ਦੇ ਉਹ ਬੰਦੀ ਨੇ, ਬੇਸ਼ੱਕ ਫਾਰਮੈਲਿਟੀ ਦੇ ਤੌਰ ਤੇ ਪੰਜਾਬ ਸਰਕਾਰ ਆ ਜੀ, ਸੈਂਟਰ ਸਰਕਾਰ ਦੇ ਬੰਦੀ ਆ, ਜੇਲ੍ਹ ਪ੍ਰਸ਼ਾਸਨ ਦਾ ਅੱਗੇ ਤੁਸੀਂ ਵੇਖਿਆ ਨਾ ਮੋਬਾਈਲ ਵਾਲੇ ਚੱਕਰ ਦੇ ਵਿੱਚ, ਤੇ ਉਹ ਜਿਹੜਾ ਸੁਪਰਡੈਂਟ ਸੀ ਕਿੱਧਰ ਗਿਆ ਜੀ, ਅਗਲਿਆਂ ਨੇ ਐਸਾ ਕੇਸ ਬਣਾਇਆ ਤੇ ਦੇਖਿਓ ਨਿਕਲਦਾ ਹੀ ਨਹੀਂ ਉਹ। ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਉੱਥੋਂ ਦਾ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਇਹ ਬਈ ਕਿਤੇ ਨਾ ਕਿਤੇ ਇਸ ਗੱਲ ਤੋਂ ਚੁਕੰਨਾ ਰਹੇਗਾ ਜੀ। ਬਾਕੀ ਤਸਕਰਾਂ ਦੇ ਮਾਮਲੇ 'ਚ ਤਾਂ ਮੈਂ ਕਹੂੰਗਾ ਕਿ ਬਈ ਜਿਹੜੇ ਇਸ ਤਰ੍ਹਾਂ ਦੇ ਆ, ਵਾਰ ਵਾਰ ਠੀਕ ਹੈ, ਕਿਸੇ ਨਾਲ ਨਜਾਇਜ਼ ਨਾ ਹੋਵੇ, ਧੱਕਾ ਨਾ ਹੋਵੇ, ਸਾਡੇ ਵੱਲੋਂ ਇਹਨਾਂ ਨੂੰ ਭਾਵੇਂ ਮਿਆਂਮਾਰ ਉੱਥੇ ਛੱਡ ਆਓ। ਸਹੀ ਹੈ, ਬਿਲਕੁਲ, ਸਾਨੂੰ ਕੋਈ ਤਕਲੀਫ ਨਹੀਂ ਹੈ, ਘੱਟੋ ਘੱਟ ਸਾਨੂੰ ਬਹੁਤ ਦੁਖੀ ਕੀਤਾ ਪਿਆ। ਇਸ ਕਰਕੇ ਜੇ ਮਿਆਂਮਾਰ ਛੱਡ ਕੇ ਆ ਸਕਦੇ ਹੋ ਜਾਂ ਹੋਰ ਕਿਤੇ, ਮੈਂ ਤਾਂ ਕਹਿੰਦਾ ਰਵਾਂਡਾ ਰਵਾਨਾ ਕਰ ਦਿਓ ਇਹਨਾਂ ਨੂੰ, ਜੇ ਕਰ ਸਕਦੇ ਹੋ। ਰਿਸ਼ੀ ਸੁਨਕ ਤਾਂ ਅੱਧ ਵੱਟੇ ਛੱਡ ਗਿਆ, ਸੋ ਉਹ ਦੁਖੀ ਕੀਤਾ ਪਿਆ ਇਹਨਾਂ ਨੇ ਜੀ। ਜੀ ਮਿੰਟੂ ਜੀ, ਲਲਿਤ ਜੀ ਪੁੱਛ ਰਹੇ ਨੇ ਕਿ NOC ਨੂੰ ਖਤਮ ਕਰਨ ਲਈ ਸਰਕਾਰ ਸੈਸ਼ਨ ਦੇ ਵਿੱਚ ਵਿਚਾਰਨ ਵਾਲੀ ਹੈ, ਕੋਈ ਅਪਡੇਟ ਹੈ NOC? ਦੇਖੋ, NOC ਤਾਂ ਜਿਹੜੀ ਆ, NOC ਤਾਂ ਕੈਬਨਿਟ ਦੇ ਵਿੱਚ ਕੱਲ੍ਹ ਹੋ ਗਿਆ ਸਾਫ ਜੀ, ਉਹਨੂੰ ਅਪਰੂਵ ਕਰ ਦਿੱਤਾ ਕਿ NOC ਤੋਂ ਵਿਦਆਊਟ ਚੱਲੂ ਕੰਮ। ਪਰ ਹੁਣ ਕੀ ਆ ਕਿ ਜਿਹੜਾ ਹਾਈਕੋਰਟ 'ਚ ਮਾਮਲਾ ਹੈ ਜੀ, ਉਹਦੇ ਨਾਲ ਕਿਵੇਂ ਨਜਿੱਠਿਆ ਜਾਊਗਾ, ਇਹ ਸ਼ਾਇਦ 1 ਡੇਟ ਤੱਕ ਇਹਨਾਂ ਨੇ ਲਾਗੂ ਕੀਤਾ ਕਿ ਇਸ ਡੇਟ ਤੋਂ ਪਹਿਲਾਂ ਜਿਹੜੀ ਖਰੀਦੋ ਫਰੋਖਤ ਹੋਈ ਉਹਦੇ 'ਤੇ ਲਾਗੂ ਕਰ ਦਿਆਂਗੇ ਜੀ। ਇਹਦੇ 'ਚ ਕਾਨੂੰਨੀ ਅੜਚਣ ਕੀ ਆਉਂਦੀ ਹੈ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਵੈਸੇ ਕੈਬਨਿਟ 'ਚ ਕੱਲ੍ਹ ਇਹਨਾਂ ਨੇ ਇਹ ਚੀਜ਼ ਅਪਰੂਵ ਕਰ ਦਿੱਤੀ ਆ ਜੀ। ਜੀ ਜੀ, ਇੱਕ ਮਿੰਟ ਮੈਂ ਹੋਰ ਪੜ੍ਹ ਲਵਾਂ, ਫਿਰ ਆਪਾਂ ਇਜਾਜ਼ਤ ਲਵਾਂਗੇ। ਗ੍ਰੈਪੀ ਜੀ ਪੁੱਛ ਰਹੇ ਨੇ ਕਿ ਨੈਸ਼ਨਲ ਹਾਈਵੇ ਬੰਦ ਕੀਤਾ ਹੈ ਰਾਜਪੁਰਾ ਤੋਂ ਜਲੰਧਰ ਵਾਲਾ, ਨਹੀਂ ਸਰ ਉਹਦੇ ਬਾਰੇ ਨਹੀਂ ਪਤਾ ਸਾਨੂੰ, ਮੰਦਰ ਦੇ ਵਿੱਚ ਕੋਈ ਚੋਰੀ ਕਿਹਨਾਂ ਨੇ ਕੀਤਾ ਹੈ? ਹਾਂਜੀ, ਮੰਦਰ ਦੇ ਵਿੱਚ ਕੋਈ ਚੋਰੀ ਹੋਈ ਸ਼ਾਇਦ, ਉਹਦੇ ਗਲਤ ਗੱਲ ਹੈ, ਮੰਦਰ ਦੇ ਵਿੱਚ ਚੋਰਾਂ ਨੂੰ ਹੁਣ ਕੀ ਕਹੀਏ, ਦੱਸੋ, ਕਮਾਲ ਹੋ ਗਈ ਆ। ਚੋਰ ਹੁਣ ਨਾ ਤਾਂ ਘਰ ਛੱਡਦੇ ਆ, ਨਾ ਕੋਈ ਪਰਮਾਤਮਾ ਦਾ ਘਰ ਛੱਡਦੇ ਆ ਜੀ। ਤੁਹਾਡਾ ਬੇੜਾ ਬਹਿ ਜੇ, ਤੁਹਾਡਾ ਕਿ ਕਿੱਧਰ ਜਾਣਾ ਜੇ,
ਪਰਮਾਤਮਾ ਤਾਂ ਘਰ 'ਤੇ ਛੱਡ ਦਿਓ, ਪਰ ਇਹ ਨਹੀਂ ਛੱਡਦੇ। ਸ਼ਰਾਬ ਦਾ ਠੇਕਾ ਮਿਲ ਜਾਵੇ ਤਾਂ ਤੋੜ ਲੈਂਦੇ ਆ, ਜੇ ਗੋਲਕ ਮਿਲ ਜਾਵੇ ਕਿਸੇ ਧਾਰਮਿਕ ਸਥਾਨ ਦੀ ਤਾਂ ਤੋੜ ਲੈਂਦੇ ਆ। ਪੁਲਿਸ ਵਾਲੇ ਵੀ ਪਰੇਸ਼ਾਨ ਆ ਇਹਨਾਂ ਤੋਂ, ਚੋਰਾਂ ਤੋਂ, ਇਹ ਬੜੇ ਬੜਾ ਕੰਮ। ਇਹ ਤਾਂ ਮਾਨ ਸਾਹਿਬ ਨੂੰ ਪੁੱਛ ਲਓ, ਕਹਿੰਦੇ ਕਿ ਸਭ ਕੁਛ ਠੀਕ ਹੈ, ਸ਼ਾਂਤੀ ਆ। ਪਰ ਇਹ ਆ ਕਿ ਮੇਰੇ ਖਿਆਲ ਦੇ ਨਾਲ ਇੱਕ ਹੋਰ ਵੀ ਦੱਸ ਰਿਹਾ ਆ ਕਿ ਖੰਨੇ ਤੋਂ ਮੈਂ ਸ਼ਿਵਲਿੰਗ ਤੋੜ ਤੋੜੀ ਗਈ ਹੈ, ਮਾੜੀ ਗੱਲ। ਇਹ ਤਾਂ ਬੇਹਰਮਤੀ ਵਾਲੀ ਗੱਲ ਹੈ ਨਾ, ਬਿਲਕੁਲ ਬੇਹਰਮਤੀ ਆ। ਤਾਂ ਬੇਹਰਮਤੀ ਦੇ ਮਾਮਲੇ 'ਚ ਚਾਹੇ ਕੋਈ ਗਿਰਜਾ ਘਰ ਹੈ, ਚਾਹੇ ਕੋਈ ਮੰਦਰ ਹੈ, ਚਾਹੇ ਗੁਰੂ ਘਰ ਆ, ਗੁਰੂ ਘਰ ਵੀ ਬੇਅਦਬੀ ਹੋ ਗਈ ਉੱਥੇ ਜੰਡਿਆਲਾ ਮੰਝ ਕੀ ਸ਼ਹਿਰ ਹੁਣੇ ਤੇਜ਼ ਜੀ ਦੱਸ ਰਹੇ ਹਾਂਜੀ, ਕੱਲ੍ਹ ਹੀ ਪੰਜਾਬ ਉੱਥੇ ਵੀ ਹੋਈ ਆ। ਤਾਂ ਇਹ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਦਾ ਬਈ ਆ ਦੌਰ ਦੇਖਣ ਨੂੰ ਮਿਲ ਰਿਹਾ। ਬਿਲਕੁਲ ਬਦਕਿਸਮਤ ਆ ਸੀ ਇਸ ਗੱਲ ਤੋਂ ਕਿ ਕੋਈ ਵੀ ਧਾਰਮਿਕ ਸਥਾਨ, ਕੁਰਾਨ ਦੀ ਵੀ ਹੋਈ ਆ ਇੱਥੇ ਪੰਜਾਬ 'ਚ ਜੀ, ਬੇਹਰਮਤੀ ਮਤਲਬ ਕਿ ਗਿਰਜਾ ਘਰ 'ਚ ਵੀ ਹੋਈ ਆ, ਮੰਦਰਾਂ 'ਚ ਵੀ ਹੋ ਰਹੀ ਆ। ਤਾਂ ਇਹਦੇ 'ਚ ਤਾਂ ਮੈਨੂੰ ਲੱਗਦਾ ਕਿ ਇਹੋ ਹੀ ਆ ਕਿ ਸਖ਼ਤ ਕਾਨੂੰਨ ਹੋਣੇ ਚਾਹੀਦੇ ਆ ਜੀ, ਚਾਹੇ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰੇ। ਬਿਲਕੁਲ, ਆਹ 295 ਵਾਲਾ ਬੰਦ ਕਰ ਦੇਣਾ ਚਾਹੀਦਾ। ਇਹ ਸਗੋਂ ਪੱਤਰਕਾਰਾਂ ਤੇ ਲੇਖਕਾਂ ਤੇ ਇਹ ਥੋੜ੍ਹਾ ਇਹਨੂੰ ਰਿਲੈਕਸ ਕਰ ਦੇਣਾ। 295 ਤੁਸੀਂ ਕੁਛ ਮਤਲਬ ਕਿ ਐਸਾ ਵੈਸਾ ਜਾਣੇ ਅਣਜਾਣੇ 'ਚ ਬੋਲ ਲਿਆ ਤਦ ਵੀ ਹੋ ਜਾਏਗਾ, ਤੁਹਾਡੇ ਤੁਸੀਂ ਮਾਫ਼ੀ ਵੀ ਮੰਗ ਲਓਗੇ ਤਦ ਵੀ ਹੈ। ਤਾਂ ਉਹ ਚੀਜ਼ ਇੱਕ ਪਾਸੇ ਆ, ਤਾਂ ਦੂਸਰੇ ਪਾਸੇ ਕਿ ਐਸਾ ਬੱਜਰ ਪਾਪ ਕਰਨਾ ਉਹਦੇ ਲਈ ਵੀ 295। ਬਿਲਕੁਲ, ਮਤਲਬ ਕਿ ਤੁਸੀਂ ਕੋਈ ਗੀਤ ਕਵਿਤਾ ਤੁਸੀਂ ਲਿਖਦੇ ਹੋ ਜੀ ਜੀ, ਮੰਨ ਲਓ ਜਾਣੇ ਅਣਜਾਣੇ 'ਚ ਐਸੀ ਲਿਖੀ ਗਈ ਕਿ ਕੁਛ ਸੈਂਟੀਮੈਂਟ ਹਰਟ ਹੋ ਗਿਆ, ਤੁਸੀਂ ਉਹਦਾ ਸਪਸ਼ਟੀਕਰਨ ਜਾਂ ਮਾਫ਼ੀ ਵੀ ਮੰਗ ਲਈ ਜੀ, ਤਦ ਵੀ ਉਹ 295 ਲਾਗੂ ਹੈ। ਇੱਕ ਪਾਸੇ ਤੁਸੀਂ ਜਾਣੇ ਅਣਜਾਣੇ 'ਚ ਮੰਨ ਵੀ ਰਹੇ ਹੋ ਜੀ ਜੀ, ਜਾਂ ਤੁਹਾਡੇ ਕੋਲ ਤਰਕ ਹੈ ਵੀ ਉਹਦਾ ਕਿ ਮੈਂ ਇਸ ਭਾਵ ਦੇ ਨਾਲ ਕਹੀ ਆ ਜੀ ਜੀ, 295 ਤੁਹਾਡੇ 'ਤੇ ਵੀ ਆ, ਅਤੇ ਇੱਕ ਬੰਦੇ ਨੇ ਮਿੱਥ ਕੇ ਬੇਅਦਬੀ ਕਰ ਦਿੱਤੀ ਜੀ, ਗੁਨਾਹ ਕੀਤਾ ਕੋਈ, ਕਰੋੜਾਂ ਬੰਦਿਆਂ ਨੂੰ ਦੁਖੀ ਕਰ ਦਿੱਤਾ ਜੀ, ਜਾਂ ਦੋ ਭਾਈਚਾਰਿਆਂ ਨੂੰ ਆਪਸ ਦੇ ਵਿੱਚ ਟਕਰਾਉਣ ਦਾ ਜਿਹੜਾ ਮੁੱਢ ਬੰਨ ਦਿੱਤਾ, ਉਹਦੇ 'ਤੇ ਵੀ 295। ਸੋ ਇਸ ਕਰਕੇ ਬਈ ਮੈਂ ਇਸ ਪੱਖ 'ਚ ਹਾਂ ਕਿ ਐਸੇ ਕਾਨੂੰਨ ਬਣਨੇ ਚਾਹੀਦੇ ਆ, ਚਾਹੇ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰਦਾ ਸਖ਼ਤ ਕਾਨੂੰਨ ਹੋਣੇ ਚਾਹੀਦੇ ਆ। ਬਿਲਕੁਲ, ਕਿਆ ਪੱਤਰਕਾਰਾਂ ਨੂੰ ਨੱਥਣ ਦਾ ਜਾਂ ਲੇਖਕਾਂ ਨੂੰ, ਇਹ ਥੋੜ੍ਹਾ ਇਹ ਨਵੇਂ ਕਾਨੂੰਨ ਆਏ ਸੀਗੇ ਇਹਦੇ 'ਚ ਥੋੜ੍ਹਾ ਕਰ ਦਿੰਦੇ ਰਿਲੈਕਸ, ਅਤੇ ਆਜ਼ਾਦੀ ਹੋਰ ਵੀ ਮੈਂ ਤੁਹਾਨੂੰ ਮੁਬਾਰਕ ਦੇ ਦੇਣੀ ਸੀ ਜੀ। ਬਿਲਕੁਲ ਮਿੰਟੂ ਜੀ ਇੱਕ ਖਾਸ ਖਬਰ ਹੈ ਆਪਾਂ ਕਰ ਲਈਏ। ਕੱਲ੍ਹ ਆਪਾਂ ਖਬਰ ਕੀਤੀ ਸੀ ਕਿ ਨਸ਼ਾ ਤਸਕਰਾਂ ਨੂੰ ਹੁਣ ਜਿਹੜੀ ਆ ਉਹ ਸਿੱਧਾ ਡਿਬਰੂਗੜ੍ਹ ਭੇਜਿਆ ਜਾਣਾ, ਨੇੜੇ ਨਹੀਂ ਭੇਜਿਆ ਜਾਣਾ, ਪਰ ਅੱਜ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਲੁਧਿਆਣੇ ਦੇ ਵਿੱਚ ਗਏ, ਉਹਨਾਂ ਨੇ ਉੱਥੇ ਗੱਲਬਾਤ ਕੱਲ੍ਹ ਗਏ ਸਨ ਜੀ, ਕੱਲ੍ਹ ਗਏ ਸੀਗੇ, ਉਹਨਾਂ ਨੇ ਗੱਲ ਕੀਤੀ ਕਿ ਕੱਲ੍ਹ ਗਏ ਸੀਗੇ, ਆਪਾਂ ਕੱਲ੍ਹ ਗੱਲ ਵੀ ਕਰ ਰਹੇ ਸੀ ਥੋੜ੍ਹੀ ਜਿਹੀ ਉਸ ਟਾਈਮ, ਕਿਉਂਕਿ ਅਪਡੇਟ ਨਹੀਂ ਸੀਗੇ ਜੀ ਇਸ ਮਾਮਲੇ 'ਚ ਕੀ ਬੋਲੇ ਕੀ ਕੀਤੇ। ਹਾਂਜੀ ਹਾਂਜੀ ਕਰੋ, ਪਰ ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਭੈ ਜਾਂ ਥੋੜ੍ਹਾ ਖਦਸ਼ਾ ਇਸ ਚੀਜ਼ ਦਾ ਜਤਾ ਰਹੇ ਆ ਵੀ ਉੱਥੇ ਜੇ ਤਸਕਰ ਜਾਣਗੇ, ਨਸ਼ਾ ਤਸਕਰ ਜਾਣਗੇ, ਤਾਂ ਕਿਤੇ ਨਾ ਕਿਤੇ ਉਹਦਾ ਅੰਮ੍ਰਿਤਪਾਲ ਸਿੰਘ ਨੂੰ ਕੋਈ ਨੁਕਸਾਨ ਨਾ ਹੋਵੇ। ਦੇਖੋ, ਇੱਕ ਪਿਤਾ ਦੇ ਖਦਸ਼ੇ ਹੋ ਸਕਦੇ ਆ ਜੀ ਜੀ, ਇੱਕ ਪਿਤਾ ਦੇ ਖਦਸ਼ੇ ਹੋ ਸਕਦੇ ਆ, ਪਰ ਜੇ ਇਸ ਨੂੰ ਥੋੜ੍ਹਾ ਜਿਹਾ ਵਿਚਾਰਿਆ ਜਾਵੇ ਕਿ 6.5 ਫੁੱਟ ਦਾ ਜਵਾਨ ਸਟੇਟ ਦੇ ਨਾਲ ਮੱਥਾ ਲਾਉਣ ਵਾਲਾ ਜੀ, ਉਹਨੂੰ ਇੱਕ ਮਤਲਬ ਕਿ ਇੱਕ ਤਸਕਰ ਤੋਂ ਕਾਹਦਾ ਡਰ, ਜਿਹੜਾ 50-55 ਸਾਲ ਦਾ ਹੋਇਆ ਪਿਆ ਐਂ ਖਲੋਤਾ ਕੀ ਕਰ ਦੂਗਾ, ਕਰਕੇ ਉਹਨੇ ਕਿੱਥੇ ਜਾਣਾ ਜੀ। ਇਹ ਵੀ ਗੱਲ ਹੈ, ਬਿਲਕੁਲ ਇਸ ਪਾਸਿਓਂ ਵੀ ਸੋਚੋ ਨਾ ਵੀ ਤੁਸੀਂ ਤਾਂ ਸਗੋਂ ਕਮਜ਼ੋਰ ਨਾ ਸ਼ੋਅ ਕਰੋ। ਗੱਲ ਇਹ ਆ ਕਿ ਹੁਣ ਇਹ ਠੀਕ ਆ, ਉਹਨਾਂ ਦਾ ਖਦਸ਼ਾ ਹੋ ਸਕਦਾ ਜੀ, ਅਤੇ ਆਪਾਂ ਵੀ ਕਹਿ ਸਕਦੇ ਕਿ ਇਹਨਾਂ ਨੂੰ ਤਾਂ ਸਗੋਂ ਤਮਿਲਨਾਡੂ ਸੁੱਟੋ, ਜੇ ਉਹ ਡਿਬਰੂਗੜ੍ਹ ਇਹਨਾਂ ਨੂੰ ਤਮਿਲਨਾਡੂ ਸੁੱਟੋ, ਦੂਜੇ ਪਾਸੇ ਸੁੱਟੋ ਤਸਕਰਾਂ ਨੂੰ। ਪਰ ਇਹ ਆ ਕਿ ਹੁਣ ਅੰਮ੍ਰਿਤਪਾਲ ਸਿੰਘ ਆਮ ਕੈਦੀ ਨਹੀਂ ਹੈਗਾ, ਅੰਮ੍ਰਿਤਪਾਲ ਸਿੰਘ MP ਹੈਗੇ ਆ। ਬਿਲਕੁਲ,
ਸਿਕਿਉਰਿਟੀ ਜਿਹੜੀ ਆ ਉਹਦਾ ਪ੍ਰਬੰਧ ਉਹ ਆਪੇ ਕਰਨਗੇ, ਤੇ ਨਾਲੇ 8-10 ਜਣੇ ਆ, ਇਕੱਲੇ ਥੋੜ੍ਹੀ ਆ ਜੀ। ਜੇ ਕੋਈ ਐਸੀ ਵੈਸੀ ਗੱਲ ਹੋਈ ਤੇ ਕੁੱਟ ਕੁੱਟ ਕੇ ਬਣਾ ਦੇਣਗੇ ਉੱਥੇ ਗਿੱਦੜ,